अज की इस वीडियो दे विच असीं तुहानूं जिहड़े देश बारे जानकारी देण जा रहे हाँ पूरी दुनिया दे विच ओह सब तो एक अलग तरह का देश है। इस देश दे विच दुनिया का सब तो बड़ा तेल का भंडार है जिथे पानी घट ते तेल ज्यादा मिलता है। इत्थों दे लोकां कोल इन्ना ज्यादा पैसा है कि वह अपने बाशरूम तक सोने के बना देंदे ने। अयाशी दे विच इह देश दे लोकां दा कोई भी देश मुकाबला नहीं कर सकता। इस देश दे विच लोक चोरी करन दे नाम तो भी डरदे ने क्योंकि जेकर कोई इत्थे चोरी करदा है तां उसदे हत्थ वढ दित्ते जांदे ने। इस देश दे विच ही दुनिया दे सब तो महंगे ब्याह ते सब तो महंगियां ਗੱਡੀਆਂ ਮਿਲਦੀਆਂ ਨੇ। ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਤੁਹਾਨੂੰ ਜਿਸ ਦੇਸ਼ ਬਾਰੇ ਦੱਸਣ ਜਾ ਰਹੇ ਹਾਂ ਉਹ ਦੇਸ਼ ਹੈ ਸਾਊਦੀ ਅਰਬ। इस वीडियो दे विच मैं तुहानू इस देश दे बारे हर एक छोटी तो छोटी गल दसूंगा। सो वीडियो नू लास्ट तक जरूर देखना। सब तो पहला तुहानू दस दिंदे हां कि इस देश दा ऑफिशियल नाम है द किंगडम ऑफ सऊदी अरेबिया। इस देश दा बॉर्डर जॉर्डन, इराक, कुवैत, कतर, यूएई, अमान अते यमन दे नाल लगदा है। सऊदी अरब एक इस्लामिक देश है। इस दी कुल आबादी 3,57,000 दे नेड़े तेड़े है। इत्थों दी 84% जनसंख्या शहरां दे विच रहिंदी है। सिर्फ इत्थों दे 16% लोक ही पिंडां दे विच रहिंदे ने। सऊदी अरब अज भी काफी ज्यादा जवान देश है क्योंकि ਇੱਥੋਂ ਦੀ ਔਸਤਨ ਉਮਰ ਤਕਰੀਬਨ 31 ਸਾਲ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸਾਊਦੀ ਅਰਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸੰਵਿਧਾਨ ਨਹੀਂ ਹੈ। ਸਾਊਦੀ ਅਰਬ ਦੇ ਵਿੱਚ ਪਵਿੱਤਰ ਗ੍ਰੰਥ ਕੁਰਾਨ ਅਤੇ ਪੈਗੰਬਰ ਮੁਹੰਮਦ ਹੀ ਉੱਥੋਂ ਦੇ ਸੰਵਿਧਾਨ ਨੇ। ਅਸਲ ਦੇ ਵਿੱਚ ਇਸ ਦੇਸ਼ ਦੇ ਵਿੱਚ ਸ਼ਰੀਅਤ ਦਾ ਕਾਨੂੰਨ ਚੱਲਦਾ ਹੈ। ਸਾਊਦੀ ਅਰਬ ਦੁਨੀਆ ਦਾ ਇਕਲੌਤਾ ਅਜਿਹਾ ਦੇਸ਼ ਹੈ ਜਿੱਥੇ ਇੱਕ ਵੀ ਨਦੀ ਨਹੀਂ ਹੈ। ਇਹ ਦੇਸ਼ ਆਪਣੇ ਪੀਣ ਦਾ ਪਾਣੀ ਸਮੁੰਦਰ ਦੇ ਪਾਣੀ ਨੂੰ ਫਿਲਟਰ ਕਰਕੇ ਤਿਆਰ ਕਰਦਾ ਹੈ। ਸਾਊਦੀ ਅਰਬ ਦੇ ਵਿੱਚ ਕੁਝ ਸਾਲ ਪਹਿਲਾਂ ਪਾਣੀ ਨੂੰ ਲੈ ਕੇ ਬਹੁਤ ਜ਼ਿਆਦਾ ਸਮੱਸਿਆ ਸਨ, ਪਰ ਇਹ ਦੇਸ਼ ਨੇ ਹੌਲੀ ਹੌਲੀ ਉਹਨਾਂ ਸਾਰੀਆਂ ਸਮੱਸਿਆ ਨੂੰ ਆਪਣੇ ਕੰਟਰੋਲ ਦੇ ਵਿੱਚ ਕਰ ਲਿਆ ਹੈ। ਸਾਊਦੀ ਅਰਬ ਦੇ ਵਿੱਚ ਮੁਸਲਮਾਨਾਂ ਦੇ ਸਭ ਤੋਂ ਪਵਿੱਤਰ ਅਸਥਾਨ ਮੱਕਾ ਅਤੇ ਮਦੀਨਾ ਸਥਿਤ ਨੇ। ਮੱਕਾ ਸ਼ਹਿਰ ਮੁਸਲਮਾਨਾਂ ਦੇ ਲਈ ਸਭ ਤੋਂ ਜ਼ਿਆਦਾ ਪਵਿੱਤਰ ਅਸਥਾਨ ਮੰਨਿਆ ਜਾਂਦਾ ਹੈ। ਇਸ ਕਰਕੇ ਹਰ ਕੋਈ ਮੁਸਲਮਾਨ ਮੱਕੇ ਦੇ ਵਿੱਚ ਹੀ ਜ਼ਮੀਨ ਖਰੀਦਣਾ ਚਾਹੁੰਦਾ ਹੈ। ਇਸ ਕਰਕੇ ਮੱਕਾ ਸ਼ਹਿਰ ਦੀ ਜ਼ਮੀਨ ਦੁਨੀਆ ਦੀ ਸਭ ਤੋਂ ਮਹਿੰਗੀਆਂ ਜ਼ਮੀਨਾਂ ਦੇ ਵਿੱਚੋਂ ਇੱਕ ਜ਼ਮੀਨ ਬਣ ਗਈ ਹੈ ਤੇ ਮੱਕਾ ਦੇ ਵਿੱਚ ਹਰ ਸਾਲ ਦੁਨੀਆ ਭਰ ਤੋਂ ਲੱਖਾਂ ਦੀ ਸੰਖਿਆ ਦੇ ਵਿੱਚ ਮੁਸਲਮਾਨ ਆਉਂਦੇ ਨੇ। ਇਹ ਮੁਸਲਮਾਨਾਂ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਹੈ। ਸਾਊਦੀ ਅਰਬ ਆਪਣੇ ਅਜੀਬੋ ਗਰੀਬ ਕਾਨੂੰਨਾਂ ਦੇ ਲਈ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ। ਸਾਊਦੀ ਅਰਬ ਦੇ ਵਿੱਚ ਅਡਲਟ ਫਿਲਮਾਂ ਦੇਖਣ ਤੇ ਮੁਕੰਮਲ ਪਾਬੰਦੀ ਹੈ। ਜੇਕਰ ਕੋਈ ਇੱਥੇ ਅਜਿਹਾ ਕਰਦਾ ਫੜਿਆ ਜਾਂਦਾ ਹੈ ਤਾਂ ਸਮਝੋ ਗਿਆ ਕੰਮ ਤੋਂ। ਸਾਊਦੀ ਅਰਬ ਦੇ ਵਿੱਚ ਸੂਰ ਜਾਣੀ ਕਿ ਪੈਗ ਦੇ ਮਾਸ ਦੇ ਉੱਪਰ ਵੀ ਬੈਨ ਹੈ। ਸਾਊਦੀ ਅਰਬ ਦਾ ਕਾਨੂੰਨ ਹੀ ਇੱਥੋਂ ਦੀ ਪਹਿਚਾਣ ਹੈ ਤੇ ਜਿਹੜਾ ਵੀ ਕੋਈ ਇਨਸਾਨ ਇੱਥੋਂ ਦੇ ਕਾਨੂੰਨ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਸਾਊਦੀ ਅਰਬ ਦੇ ਵਿੱਚ ਉਹ ਕਿਸੇ ਕੰਮ ਦਾ ਨਹੀਂ ਰਹਿੰਦਾ। ਪੂਰੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਸਖਤ ਕਾਨੂੰਨ ਅਤੇ ਸਭ ਤੋਂ ਜ਼ਿਆਦਾ ਸਖਤ ਸਜ਼ਾ ਵੀ ਸਾਊਦੀ ਅਰਬ ਦੇ ਵਿੱਚ ਹੀ ਦਿੱਤੀ ਜਾਂਦੀ ਹੈ। ਸਾਊਦੀ ਅਰਬ ਦੇ ਵਿੱਚ 2018 ਤੱਕ ਸਿਨੇਮੇ ਦੇ ਉੱਪਰ ਵੀ ਬੈਨ ਸੀ, ਜਿਸ ਕਰਕੇ ਸਾਊਦੀ ਅਰਬ ਦੇ ਲੋਕ ਸਪੈਸ਼ਲੀ ਦੂਜੇ ਦੇਸ਼ਾਂ ਦੇ ਵਿੱਚ ਫਿਲਮਾਂ ਦੇਖਣ ਲਈ ਵੀ ਜਾਂਦੇ ਸਨ। ਪਰ ਹੁਣ ਸਾਊਦੀ ਦੀ ਸਰਕਾਰ ਨੇ ਉੱਥੇ ਸਿਨੇਮਾ ਘਰ ਦੇ ਉੱਪਰ ਬੈਨ ਨੂੰ ਹਟਾ ਦਿੱਤਾ ਹੈ ਤੇ ਹੁਣ ਸਾਊਦੀ ਦੇ ਵਿੱਚ ਵੀ ਸਿਨੇਮੇ ਦੇ ਵਿੱਚ ਫਿਲਮਾਂ ਲੱਗਦੀਆਂ ਹਨ। ਹਾਲਾਂਕਿ ਅੱਜ ਵੀ ਇੱਥੇ ਬਹੁਤ ਸਾਰੀਆਂ ਫਿਲਮਾਂ ਨੂੰ ਰਿਲੀਜ਼ ਨਹੀਂ ਕੀਤਾ ਜਾਂਦਾ। ਜਿਨ੍ਹਾਂ ਫਿਲਮਾਂ ਦੇ ਵਿੱਚ ਬਹੁਤ ਜ਼ਿਆਦਾ ਰੋਮਾਂਟਿਕ ਸੀਨ ਹੁੰਦੇ ਨੇ ਉਹ ਫਿਲਮਾਂ ਇੱਥੇ ਦਿਖਾਈਆਂ ਨਹੀਂ ਜਾਂਦੀਆਂ। ਸਾਊਦੀ ਅਰਬ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ, ਇਸ ਕਰਕੇ ਗਰਮੀ ਦੇ ਦਿਨਾਂ ਦੇ ਵਿੱਚ ਤੁਹਾਨੂੰ ਇੱਥੇ ਦੁਪਹਿਰ ਦੇ ਸਮੇਂ ਬਹੁਤ ਘੱਟ ਲੋਕ ਸੜਕਾਂ ਦੇ ਉੱਪਰ ਦਿਖਾਈ ਦੇਣਗੇ। ਸਾਊਦੀ ਅਰਬ ਦੇ ਲੋਕਾਂ ਦੇ ਵਿੱਚ ਸਿਗਰਟ ਪੀਣ ਦੀ ਬਹੁਤ ਜ਼ਿਆਦਾ ਬੁਰੀ ਲੱਤ ਹੁੰਦੀ ਹੈ। ਇਹ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਸਿਗਰਟ ਨੂੰ ਨਿਰਯਾਤ ਕਰਨ ਵਾਲਾ ਦੇਸ਼ ਹੈ, ਪਰ ਇੱਥੋਂ ਦੀ ਸਰਕਾਰ ਨੇ 2012 ਦੇ ਵਿੱਚ ਇੱਥੋਂ ਦੇ ਸਰਕਾਰੀ ਦਫ਼ਤਰਾਂ ਦੇ ਵਿੱਚ ਸਿਗਰਟ ਪੀਣ ਤੇ ਮੁਕੰਮਲ ਬੈਨ ਲਗਾ ਦਿੱਤਾ ਹੈ। ਜੇਕਰ ਤੁਸੀਂ ਵੀ ਕਦੇ ਸਾਊਦੀ ਅਰਬ ਜਾਣਾ ਚਾਹੁੰਦੇ ਹੋ ਤਾਂ ਇੱਥੋਂ ਦੇ ਨਿਯਮ ਤੇ ਕਾਨੂੰਨਾਂ ਬਾਰੇ ਪਹਿਲਾਂ ਤੋਂ ਹੀ ਪਤਾ ਕਰਕੇ ਜਾਇਓ ਤਾਂ ਕਿ ਉੱਥੇ ਜਾ ਕੇ ਤੁਸੀਂ ਕਿਸੇ ਤਰ੍ਹਾਂ ਦੀ ਮੁਸੀਬਤ ਦੇ ਵਿੱਚ ਨਾ ਫਸ ਜਾਇਓ। ਜੇਕਰ ਗੱਲ ਕਰੀਏ ਸੁਰੱਖਿਅਤ ਦੇਸ਼ਾਂ ਦੀ ਤਾਂ ਸਾਊਦੀ ਅਰਬ ਦੁਨੀਆ ਦੇ ਸੁਰੱਖਿਅਤ ਦੇਸ਼ਾਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਕਿਉਂਕਿ ਸਾਊਦੀ ਅਰਬ ਦੇ ਵਿੱਚ ਜੇਕਰ ਕੋਈ ਅਪਰਾਧ ਕਰਦਾ ਹੈ ਤਾਂ ਉਸ ਨੂੰ ਸਿੱਧਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਤੇ ਇੱਥੋਂ ਦੀ ਜੇਲ੍ਹਾਂ ਦੀ ਸਥਿਤੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਮਾੜੀ ਹੈ। ਤੁਸੀਂ ਆਪ ਸਰਚ ਕਰਕੇ ਦੇਖ ਸਕਦੇ ਹੋ ਕਿ ਸਾਊਦੀ ਦੀ ਜੇਲ੍ਹਾਂ ਦੇ ਵਿੱਚ ਕੀ ਕੁਝ ਹੁੰਦਾ ਹੈ। ਇਹੀ ਕਾਰਨਾਂ ਕਰਕੇ ਇਸ ਦੇਸ਼ ਦੇ ਵਿੱਚ ਅਪਰਾਧ ਕਾਫੀ ਜ਼ਿਆਦਾ ਘੱਟ ਹੈ ਤੇ ਇੱਥੇ ਚੋਰੀ ਦੀਆਂ ਘਟਨਾਵਾਂ ਵੀ ਬਹੁਤ ਜ਼ਿਆਦਾ ਘੱਟ ਹੁੰਦੀਆਂ ਨੇ ਕਿਉਂਕਿ ਇੱਥੇ ਚੋਰਾਂ ਦੇ ਸਿੱਧੇ ਹੱਥ ਵੜ ਦਿੱਤੇ ਜਾਂਦੇ ਨੇ। ਸਾਊਦੀ ਅਰਬ ਆਪਣੇ ਦੇਸ਼ ਦੇ ਵਿੱਚ ਦੁਨੀਆ ਦਾ ਸਭ ਤੋਂ ਉੱਚਾ ਇੱਕ ਟਾਵਰ ਬਣਾ ਰਿਹਾ ਹੈ ਜਿਸ ਦਾ ਨਾਮ ਹੈ ਕਿੰਗਡਮ ਟਾਵਰ। ਇਸ ਦੀ ਸ਼ੁਰੂਆਤ 2014 ਦੇ ਵਿੱਚ ਹੋਈ ਸੀ। ਜੇਕਰ ਇਸ ਦੀ ਉਚਾਈ ਦੀ ਗੱਲ ਕਰੀਏ ਤਾਂ ਇਸ ਦੀ ਉਚਾਈ ਹੋਵੇਗੀ 3280 ਫੁੱਟ, ਮਤਲਬ ਕਿ ਇਹ ਟਾਵਰ 1 ਕਿਲੋਮੀਟਰ ਉੱਚਾ ਹੋਵੇਗਾ। ਸਾਊਦੀ ਅਰਬ ਦੇ ਵਿੱਚ ਬੇਬੀ ਊਠ ਯਾਨੀ ਕਿ ਊਠ ਦੇ ਬੱਚੇ ਦੇ ਮਾਸ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਤੇ ਇੱਥੋਂ ਦੇ ਜੱਦਾ ਸ਼ਹਿਰ ਦੇ ਵਿੱਚ ਸਭ ਤੋਂ ਜ਼ਿਆਦਾ ਬੇਬੀ ਊਠ ਦੇ ਮਾਸ ਦਾ ਉਤਪਾਦਨ ਕੀਤਾ ਜਾਂਦਾ ਹੈ ਤੇ ਪੂਰੇ ਸਾਊਦੀ ਅਰਬ ਦੇ ਵਿੱਚ ਜਿਹੜਾ ਮੀਟ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਉਹ ਇਹੀ ਬੇਬੀ ਊਠ ਯਾਨੀ ਕਿ ਊਠ ਦੇ ਬੱਚੇ ਦਾ ਮਾਸ ਹੀ ਹੁੰਦਾ ਹੈ। ਜਦੋਂ ਵੀ ਸਾਊਦੀ ਅਰਬ ਦੇ ਵਿੱਚ ਕੋਈ ਵੱਡੀ ਪਾਰਟੀ ਹੁੰਦੀ ਹੈ ਤਾਂ ਇੱਥੇ ਬੇਬੀ ਊਠ ਦੇ ਮਾਸ ਦੀ ਬਿਰਿਆਨੀ ਹੀ ਸਭ ਤੋਂ ਜ਼ਿਆਦਾ ਖਾਧੀ ਜਾਂਦੀ ਹੈ। ਦੁਨੀਆ ਦੇ ਸਭ ਤੋਂ ਮਹਿੰਗੇ ਵਿਆਹ ਵੀ ਸਾਊਦੀ ਅਰਬ ਦੇ ਵਿੱਚ ਦੇਖਣ ਨੂੰ ਹੀ ਮਿਲਦੇ ਨੇ। ਇੱਥੇ ਵਿਆਹ ਦਾ ਜਸ਼ਨ ਲਗਭਗ 15 ਦਿਨਾਂ ਤੱਕ ਮਨਾਇਆ ਜਾਂਦਾ ਹੈ। ਇਹਨਾਂ ਵਿਆਹਾਂ ਦੇ ਵਿੱਚ ਸਾਊਦੀ ਅਰਬ ਦੇ ਲੋਕ ਕਰੋੜਾਂ ਰੁਪਈਆ ਉਡਾ ਦਿੰਦੇ ਨੇ। ਸਾਊਦੀ ਅਰਬ ਦੇ ਲੋਕਾਂ ਨੂੰ ਮਹਿੰਗੀਆਂ ਮਹਿੰਗੀਆਂ ਗੱਡੀਆਂ ਖਰੀਦਣ ਦਾ ਸ਼ੌਂਕ ਹੈ ਤੇ ਨਾਲ ਹੀ ਇਹਨਾਂ ਨੂੰ ਵੀਆਈਪੀ ਨੰਬਰ ਲੈਣ ਦਾ ਵੀ ਕਾਫੀ ਜ਼ਿਆਦਾ ਸ਼ੌਂਕ ਹੈ। ਸਾਊਦੀ ਅਰਬ ਦੇ ਵਿੱਚ ਵੀਆਈਪੀ ਨੰਬਰ ਲੈਣ ਦੇ ਲਈ ਇੱਥੋਂ ਦੇ ਲੋਕ ਕਰੋੜਾਂ ਰੁਪਈਏ ਲਗਾ ਦਿੰਦੇ ਨੇ। ਮਤਲਬ ਕਿ ਇਹ ਦੇਸ਼ ਦੇ ਲੋਕਾਂ ਨੂੰ ਸਿਰਫ ਇੱਕ
ਬਹਾਨਾ ਚਾਹੀਦਾ ਹੈ ਪੈਸੇ ਉਡਾਉਣ ਦਾ। ਸਾਊਦੀ ਅਰਬ ਦੇ ਵਿੱਚ ਸਾਈਡ ਵਾਕ ਡਰਾਈਵਿੰਗ ਕਾਫੀ ਜ਼ਿਆਦਾ ਪ੍ਰਚਲਿਤ ਹੈ, ਯਾਨੀ ਕਿ ਕਾਫੀ ਜ਼ਿਆਦਾ ਮਸ਼ਹੂਰ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸਾਊਦੀ ਅਰਬ ਦੇ ਨੌਜਵਾਨ ਆਪਣੀਆਂ ਮਹਿੰਗੀਆਂ ਮਹਿੰਗੀਆਂ ਕਾਰਾਂ ਨੂੰ ਇੱਥੇ ਸਿਰਫ ਦੋ ਟਾਇਰਾਂ ਦੇ ਉੱਪਰ ਚਲਾਉਂਦੇ ਨੇ। ਇਹ ਸਾਊਦੀ ਅਰਬ ਦਾ ਇੱਕ ਨਵਾਂ ਸਟਾਈਲ ਹੈ ਤੇ ਇੱਥੋਂ ਦੇ ਨੌਜਵਾਨ ਹਰ ਛੁੱਟੀ ਵਾਲੇ ਦਿਨ ਆਪਣੀਆਂ ਮਹਿੰਗੀਆਂ ਮਹਿੰਗੀਆਂ ਕਾਰਾਂ ਨੂੰ ਇਸ ਤਰ੍ਹਾਂ ਦੋ ਦੋ ਟਾਇਰਾਂ ਦੇ ਉੱਪਰ ਚਲਾਉਂਦੇ ਨੇ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸਾਊਦੀ ਅਰਬ ਦੇ ਲੋਕ ਬਹੁਤ ਜ਼ਿਆਦਾ ਆਲਸੀ ਹੁੰਦੇ ਨੇ। ਇਹ ਇੰਨੇ ਜ਼ਿਆਦਾ ਆਲਸੀ ਹੁੰਦੇ ਨੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਇੱਥੋਂ ਦੇ ਲੋਕਾਂ ਨੂੰ ਆਪਣਾ ਕੋਈ ਵੀ ਕੰਮ ਆਪ ਕਰਨਾ ਨਹੀਂ ਆਉਂਦਾ। ਜਿਹੜੇ ਲੋਕ ਸਾਊਦੀ ਅਰਬ ਦੇ ਵਿੱਚ ਪੈਦਾ ਹੁੰਦੇ ਨੇ, ਬੇਸਿਕਲੀ ਦੇਖਿਆ ਜਾਵੇ ਤਾਂ ਉਹੀ ਲੋਕ ਅਸਲੀ ਅਰਬੀ ਹੁੰਦੇ ਨੇ ਤੇ ਜੰਮਦੇ ਹੀ ਕਰੋੜਾਂ ਰੁਪਏ ਦੇ ਮਾਲਕ ਹੁੰਦੇ ਨੇ ਤੇ ਇਹ ਕੋਈ ਵੀ ਆਪਣਾ ਕੰਮ ਆਪ ਨਹੀਂ ਕਰਦੇ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸਾਊਦੀ ਅਰਬ ਦੇ ਵਿੱਚ ਗੈਰ ਮੁਸਲਮਾਨ ਨੂੰ ਦਫਨਾਉਣਾ ਪੂਰੀ ਤਰ੍ਹਾਂ ਦੇ ਨਾਲ ਬੈਨ ਹੈ। ਤੁਸੀਂ ਇਸ ਦੇਸ਼ ਦੇ ਵਿੱਚ ਕਿਸੇ ਵੀ ਗੈਰ ਮੁਸਲਮਾਨ ਨੂੰ ਦਫਨਾ ਨਹੀਂ ਸਕਦੇ। ਇਸ ਤੋਂ ਬਿਨਾਂ ਇਸ ਦੇਸ਼ ਦੇ ਵਿੱਚ ਔਰਤਾਂ ਨੂੰ ਲੈ ਕੇ ਕਾਫੀ ਜ਼ਿਆਦਾ ਸਖਤ ਨਿਯਮ ਨੇ, ਜਿਨ੍ਹਾਂ ਦੇ ਵਿੱਚੋਂ ਪਹਿਲਾ ਨਿਯਮ ਤਾਂ ਇਹ ਹੈ ਕਿ ਇੱਥੋਂ ਦੀਆਂ ਔਰਤਾਂ ਬਿਨਾਂ ਆਪਣੇ ਪਤੀ ਨੂੰ ਦੱਸੇ ਕਿਸੇ ਵੀ ਵਿਦੇਸ਼ ਯਾਤਰਾ ਦੇ ਉੱਪਰ ਨਹੀਂ ਜਾ ਸਕਦੀਆਂ। ਮਤਲਬ ਕਿ ਸਾਊਦੀ ਅਰਬ ਦੇ ਵਿੱਚ ਔਰਤਾਂ ਉਹੀ ਕੁਝ ਕਰਨਗੇ ਜਿਹੜਾ ਉਹਨਾਂ ਦਾ ਪਤੀ ਕਹੇਗਾ। ਸਾਊਦੀ ਅਰਬ ਦਾ 95% ਹਿੱਸਾ ਮਾਰੂਥਲ ਹੈ, ਚਾਹੇ ਇਹ ਦੇਸ਼ ਦੇ 95% ਹਿੱਸੇ ਦੇ ਉੱਪਰ ਮਾਰੂਥਲ ਹੈ, ਪਰ ਇਹ ਦੇਸ਼ ਫਿਰ ਵੀ ਕਿਤੇ ਤੋਂ ਕਿਤੇ ਪਹੁੰਚ ਗਿਆ ਹੈ। ਇਹ ਸਭ ਕੁਝ ਹੋਇਆ ਹੈ ਤੇਲ ਦੇ ਕਰਕੇ। ਜੇਕਰ ਇਸ ਦੇਸ਼ ਦੇ ਵਿੱਚ ਤੇਲ ਨਾ ਹੁੰਦਾ ਤਾਂ ਇਸ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹੋਣੇ ਸਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਸਾਊਦੀ ਅਰਬ ਦੇ ਵਿੱਚ ਹਰ ਕੋਈ ਨਿਯਮ ਤੇ ਕਾਨੂੰਨ ਦੀ ਪਾਲਣਾ ਕਰਦਾ ਹੈ। ਇੱਥੇ ਤੁਸੀਂ ਕਿਸੇ ਦੀ ਵੀ ਫੋਟੋ ਉਸ ਦੀ ਆਗਿਆ ਤੋਂ ਬਿਨਾਂ ਨਹੀਂ ਲੈ ਸਕਦੇ। ਜੇਕਰ ਕੋਈ ਇੱਥੇ ਅਜਿਹਾ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਸਖਤ ਕਾਨੂੰਨੀ ਕਾਰਵਾਈ ਦੇ ਵਿੱਚੋਂ ਲੰਘਣਾ ਪੈਂਦਾ ਹੈ। ਸਾਊਦੀ ਅਰਬ ਦੇ ਵਿੱਚ ਲੋਕਾਂ ਨੂੰ ਪੜ੍ਹਾਈ ਲਿਖਾਈ ਦਾ ਜ਼ਿਆਦਾ ਸ਼ੌਂਕ ਨਹੀਂ ਹੈ, ਹਾਲਾਂਕਿ ਇਹ ਗੱਲ ਇੱਥੇ 10 ਸਾਲ ਪਹਿਲਾਂ ਤੱਕ ਪੂਰੀ ਤਰ੍ਹਾਂ ਦੇ ਨਾਲ ਲਾਗੂ ਹੁੰਦੀ ਸੀ, ਪਰ ਹੁਣ ਇੱਥੋਂ ਦੇ ਲੋਕ ਕਾਫੀ ਜ਼ਿਆਦਾ ਬਦਲ ਚੁੱਕੇ ਨੇ ਤੇ ਉਹ ਪੜ੍ਹਾਈ ਵੱਲ ਵੀ ਕਾਫੀ ਜ਼ਿਆਦਾ ਇੰਟਰਸਟ ਲੈ ਰਹੇ ਨੇ, ਕਿਉਂਕਿ ਹੁਣ ਇਹ ਲੋਕਾਂ ਨੂੰ ਵੀ ਸਮਝ ਲੱਗ ਚੁੱਕੀ ਹੈ ਕਿ ਕੱਲਾ ਤੇਲ ਵੇਚ ਕੇ ਉਹਨਾਂ ਦਾ ਗੁਜ਼ਾਰਾ ਨਹੀਂ ਚੱਲਣਾ। ਪਹਿਲਾਂ ਇੱਥੋਂ ਦੇ ਬੱਚੇ ਬਿਲਕੁਲ ਵੀ ਸਕੂਲ ਜਾਣਾ ਨਹੀਂ ਚਾਹੁੰਦੇ ਸਨ, ਪਰ ਹੁਣ ਨਜ਼ਰੀਆ ਪੂਰੀ ਤਰ੍ਹਾਂ ਦੇ ਨਾਲ ਇੱਥੋਂ ਦਾ ਬਦਲ ਚੁੱਕਿਆ ਹੈ। ਇੱਥੋਂ ਦੇ ਮਾਪੇ ਵੀ ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਪੜ੍ਹਾ ਲਿਖਾ ਰਹੇ ਨੇ ਤੇ ਸਾਊਦੀ ਅਰਬ ਦੇ ਵਿੱਚ ਜਿੰਨੇ ਵੀ ਸਕੂਲ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਟੀਚਰ ਨੇ ਉਹ ਸਾਰੇ ਇੰਡੀਅਨ ਹੁੰਦੇ ਨੇ ਤੇ ਹੁਣ ਜਿਵੇਂ ਜਿਵੇਂ ਸਮਾਂ ਬਦਲ ਰਿਹਾ ਹੈ ਸਾਊਦੀ ਅਰਬ ਵੀ ਆਪਣੇ ਕਾਨੂੰਨਾਂ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਕਰ ਰਿਹਾ ਹੈ। ਉਦਾਹਰਨ ਦੇ ਤੌਰ ਤੇ ਜਿਵੇਂ ਹੁਣ ਸਾਊਦੀ ਅਰਬ ਦੇ ਵਿੱਚ ਔਰਤਾਂ ਡਰਾਈਵਿੰਗ ਕਰ ਸਕਦੀਆਂ ਨੇ। ਹਾਲ ਹੀ ਦੇ ਵਿੱਚ ਸਾਊਦੀ ਅਰਬ ਨੇ ਵਿਦੇਸ਼ੀ ਜੋੜਿਆਂ ਨੂੰ ਬਿਨਾਂ ਵਿਆਹ ਦਾ ਸਬੂਤ ਦਿੱਤੇ ਇਕੱਠੇ ਹੋਟਲ ਦੇ ਵਿੱਚ ਰੂਮ ਲੈਣ ਦੀ ਇਜਾਜ਼ਤ ਵੀ ਦੇ ਦਿੱਤੀ ਹੈ। ਇਸ ਤੋਂ ਬਿਨਾਂ ਸਾਊਦੀ ਅਰਬ ਦੇ ਵਿੱਚ ਹੁਣ ਕੋਈ ਵੀ ਔਰਤ ਇਕੱਲੀ ਹੋਟਲ ਦਾ ਰੂਮ ਵੀ ਲੈ ਸਕਦੀ ਹੈ। ਇਹਨਾਂ ਸਾਰੀਆਂ ਚੀਜ਼ਾਂ ਕਰਕੇ ਸਾਊਦੀ ਅਰਬ ਹੁਣ ਟੂਰਿਸਟ ਨੂੰ ਆਪਣੇ ਵੱਲ ਖਿੱਚਣਾ ਚਾਹੁੰਦਾ ਹੈ। ਸਾਊਦੀ ਅਰਬ ਦੇ ਵਿੱਚ ਜਿਹੜੀ ਕਰੰਸੀ ਚੱਲਦੀ ਹੈ ਉਹ ਰਿਆਲ ਹੈ ਤੇ 1 ਰਿਆਲ ਦੇ ਇੰਡੀਆ ਦੇ ਵਿੱਚ 22 ਰੁਪਏ ਦੇ ਲਗਭਗ ਬਣਦੇ ਨੇ। ਇਹ ਸਾਂਝੀ ਸਾਊਦੀ ਅਰਬ ਬਾਰੇ ਕੁਝ ਰੋਚਕ ਤੱਥ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।